ਸਿੱਧਾ ਕੇਸ ਕਰਨਾ ਮੈਂ ਕਹਿੰਦਾ ਮੈਂ ਏਡਾ ਵੱਡਾ ਹੋ ਗਿਆ ਮੇਰੇ ਉੱਤੇ ਹੱਥ ਚੁੱਕਦੇ ਆ ਮੈਨੂੰ ਹਰਾਸ ਕਰਨ ਡੇ ਉਹ ਤੋਂ ਮੈਂ ਡਿਪਰੈਸ਼ਨ ਡਾਕਟਰ ਨਾਲ ਗੱਲ ਕਰੋ ਜੱਜ ਨੂੰ ਸਬੂਤ ਲੈ ਅੱਜ ਆਪਾਂ 6 ਮਹੀਨੇ ਬਾਅਦ ਮਿਲੇ ਹਾਂ ਇੱਥੇ ਤੱਕ ਮੁੰਨਿਆ ਵਾ ਯਾਰ ਮਾਰੀ ਹੋ ਜਾਂਦੀ ਇੱਕ ਜਦੋਂ ਬੰਦਾ ਇੰਨਾ ਹੀ ਗਿਰ ਕਰ ਘੇਰ ਇੱਥੇ ਸਵਾਗਤ ਹੈ ਸਾਡੇ ਯੂਟਿਊਬ ਚੈਨਲ ਦੇ ਵਿੱਚ ਜਿਹਨਾਂ ਨਾਂ ਤੁਹਾਨੂੰ ਸਾਰਿਆਂ ਨੂੰ ਪਤਾ ਗਗਨ ਲਾਲੀ ਵਲੌਗ ਚੈਨਲ ਸੋ ਬਾਬੇ ਵਲੌਗ ਚ ਕਰਦੇ ਆ ਤੁਹਾਡਾ ਸਵਾਗਤ ਸੋ ਨਵਾਂ ਵਲੌਗ ਤੁਹਾਡੇ ਸਾਰੇ ਲੈ ਕੇ ਆਏ ਸੋ ਨਵਾਂ ਵਲੌਗ ਤੁਹਾਡੇ ਸਾਰੇ ਲੈ ਕੇ ਆਏ ਹੁਣ ਦੇਖਿਓ ਛੇਤੀ ਲੈ ਆਏ ਹੁਣ ਦੇਖਿਓ ਛੇਤੀ ਲੈ ਆਏ ਆਪਾਂ ਥੋੜ੍ਹਾ ਜਿਹਾ ਤਿੰਨ ਕੁ ਦਿਨਾਂ ਬਾਅਦ ਵਲੌਗ ਪਾ ਦਿੱਤਾ ਆਪਾਂ ਸੋ ਨਵਾਂ ਵਲੌਗ ਤੁਹਾਡੇ ਲਈ ਲੈ ਕੇ ਆਏ ਆ ਸਾਰੇ ਜਿਹੜੇ ਬਹੁਤ ਕਮੈਂਟ ਮੈਸੇਜ ਕਰਦੇ ਸੀਗੇ ਹਰ ਵਲੌਗ ਥੱਲੇ ਕਮੈਂਟ ਆਉਂਦੇ ਸੀਗੇ ਕਿ ਐਸ ਪੀ ਕਿੱਥੇ ਕਿਉਂ ਨਹੀਂ ਆਉਂਦਾ ਤੁਹਾਡੀ ਲੜਾਈ ਹੋ ਗਈ ਆ ਸੋ ਸਾਰਾ ਕੁਛ ਦੱਸਤਾ ਉਹਨੂੰ ਵਲੌਗ 'ਚ ਲੈ ਆਏ ਆ ਸੋ ਵਲੌਗ ਵਧੀਆ ਲੱਗੂਗਾ ਤਾਂ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਤੁਹਾਨੂੰ ਵਲੌਗ ਕਿਵੇਂ ਦਾ ਲੱਗਾ ਸੋ ਛੇਤੀ ਤੁਹਾਡੇ ਲਈ ਵਲੌਗ ਲੈ ਕੇ ਆਵਾਂਗੇ ਅਤੇ ਬਾਕੀ ਦੇਖੋ ਵਲੌਗ ਅਤੇ ਪਿਛਲੇ ਵਲੌਗ 'ਚ ਯਾਰ ਮੁੱਛਾਂ ਸੀ ਇਸ ਵਲੌਗ 'ਚ ਹੈ ਨਹੀਂ ਕਟਾਤੀਆਂ ਤਾਂ ਉਹ ਮੈਂ ਕਿਹਾ ਦੱਸ ਦਈਏ ਸਹੀ ਤਾਂ ਨਹੀਂ ਲੱਗਦਾ ਇੱਦਾਂ ਪਰ ਕੀ ਕਰ ਸਕਦੇ ਹਾਂ ਮੈਂ ਨਾ ਇੱਥੋਂ ਲੋਕਲੀ ਸੈੱਟ ਕਰਾ ਲਈਆਂ ਤੁਸੀਂ ਪਿਛਲਾ ਵਲੌਗ ਵੇਖਿਆ ਹੋਣਾ ਵਾ ਇਸ ਵਲੌਗ ਦੇ ਵਿੱਚ ਵੀ ਕਈ ਕਲਿੱਪਾਂ ਪੁਰਾਣੀਆਂ ਜਾਂ ਸਨੈਪਚੈਟ ਪੁਰਾਣੀ ਹੋਣੀ ਆ ਉਹਦੇ ਵਿੱਚ ਮੁੱਛਾਂ ਬਹੁਤ ਘੈਂਟ ਆਪਣੀਆਂ ਪੂਰੀਆਂ ਗੋਲ ਕਰਤੀਆਂ ਸੀਗੀਆਂ ਬੜੀਆਂ ਘੈਂਟ ਹੋ ਗਈਆਂ ਸੀ ਹੁਣ ਉਹ ਨਾ ਉਹਦੇ ਉਹ ਵਲੋਸਿਟੀ ਦੇ ਨਾਲ ਸੈੱਟ ਕਰਾ ਲਈਆਂ ਵਲੋਸਿਟੀ ਇੱਕ ਸੋਲੂਸ਼ਨ ਹੁੰਦਾ ਕੈਮੀਕਲ ਹੁੰਦਾ ਉਹਦੇ ਨਾਲ ਸੈੱਟ ਕਰਾ ਲਈਆਂ ਤਾਂ ਉਹ ਨਾ ਮੁੜ ਕੇ ਵਾਲ ਟੁੱਟਣ ਲੱਗ ਪਏ ਉਹ ਜਦੋਂ ਮੈਂ ਐਂ ਵੱਟ ਦਿੰਦਾ ਸੀਗਾ ਨਾਲ ਹੀ 2-3 ਵਾਲ ਟੁੱਟ ਗਿਆ ਹੱਥ 'ਚ ਐਂ ਵੱਟ ਦਿੰਦਾ ਸੀ 2-3 ਵਾਲ ਟੁੱਟ ਗਿਆ ਹੱਥ 'ਚ ਪਹਿਲਾਂ ਇੱਦਾਂ ਕਦੀ ਵੀ ਨਹੀਂ ਹੋਇਆ ਉਹ ਵਲੋਸਿਟੀ ਨਾ ਬਹੁਤ ਮਾੜੀ ਹੁੰਦੀ ਆ ਸੋ ਮੈਂ ਤੁਹਾਨੂੰ ਸਲਾਹ ਦਊਂਗਾ ਜਿਹੜੇ ਵੀਰਾਂ ਨੇ ਮੁੱਛਾਂ ਰੱਖੀਆਂ ਸੈੱਟ ਕਰਵਾਉਂਦੇ ਆ ਨਾ ਉਸ ਬੰਦੇ ਨੂੰ ਪੁੱਛ ਲਿਆ ਕਰੋ ਕਿ ਉਹ ਚਿੱਟੀ ਚਿੱਟੀ ਦਵਾਈ ਜੀ ਹੁੰਦੀ ਆ ਕਿ ਵਲੋਸਿਟੀ ਤਾਂ ਨਹੀਂ ਲਾਉਣ ਲੱਗੇ ਕਿਤੇ ਸੀ ਕੇ ਜਾਂ ਮੁਲਤਾਨੀ ਮਿੱਟੀ ਲਾ ਕੇ ਉਹਦੇ ਉੱਤੇ ਵਲੋਸਿਟੀ ਤਾਂ ਨਹੀਂ ਲਾਉਣ ਲੱਗੇ ਉਹ ਕੋਟਨ ਦੇ ਨਾਲ ਵਲੋਸਿਟੀ ਲਾਉਂਦੇ ਆ ਉਹਦੇ ਨਾਲ ਮੁੱਛਾਂ ਹਫ਼ਤਾ 10 ਦਿਨ ਕੱਢ ਤੇ ਜਾਂਦੀਆਂ ਵਾ ਸੈੱਟ ਹੋ ਜਾਂਦੀਆਂ ਪੂਰੀਆਂ ਗੋਲ ਹੋ ਜਾਂਦੀਆਂ ਪਰ ਉਹਦੇ ਨਾਲ ਤੁਹਾਡੇ ਵਾਲ ਸਾਰੇ ਕਮਜ਼ੋਰ ਹੋ ਜਾਂਦੇ ਖਰਾਬ ਹੋ ਜਾਂਦੇ ਆ ਮੈਨੂੰ ਹੁਣ ਫਿਰ 2-3 ਮਹੀਨੇ ਲੱਗ ਜਾਣੇ ਚਲੋ ਪਰ ਝੱਟ ਹੀ ਵੱਡੀਆਂ ਹੋ ਜਾਣੀਆਂ ਫਿਰ ਮੈਨੂੰ ਸਾਰੀਆਂ ਕਟਵਾਉਣੀਆਂ ਪਈਆਂ ਹੁਣ ਫਿਰ 0 ਤੋਂ ਸ਼ੁਰੂ ਕਰਨੀਆਂ ਪੈਣੀਆਂ ਖਰਾਬ ਹੋ ਗਈਆਂ ਇਹ ਸਾਰੀਆਂ ਕਿਉਂਕਿ ਵਲੋਸਿਟੀ ਨਾ ਹੁਣ ਅਗਲੀ ਵਾਰ ਵਲੋਸਿਟੀ ਨਹੀਂ ਲਵਾਉਣੀ ਆਪਾਂ ਕਿਤੋਂ ਵਧੀਆ ਜਗ੍ਹਾ ਤੋਂ ਕਰਾਵਾਂਗੇ ਜਿਹੜੇ ਹੈ ਨਾ ਕਿਸੇ ਹੋਰ ਤਰੀਕੇ ਨਾਲ ਕਿਸੇ ਹੋਰ ਦੇ ਸੀ ਮਤਲਬ ਕਿ ਜੋ ਵੀ ਆਪਣਾ ਉਹਨਾਂ ਨੇ ਬਣਾਇਆ ਹੋਊਗਾ ਸਿਸਟਮ ਜਾਂ ਉਹਦੇ ਨਾਲ ਜੇ ਸੈੱਟ ਕਰਦੇ ਹੋਣਗੇ ਬਿਨਾਂ ਕੈਮੀਕਲ ਕਿਸੇ ਤੋਂ ਉੱਥੋਂ ਸੈੱਟ ਕਰਾਵਾਂਗੇ ਨਹੀਂ ਇੱਦਾਂ ਹੀ ਠੀਕ ਆ ਇਹ ਹੁਣ ਫਿਰ ਕਟਾਉਣੀਆਂ ਪਈਆਂ ਤਾਂ ਤੁਸੀਂ ਵੀ ਧਿਆਨ ਰੱਖਿਆ ਕਰੋ ਵਲੋਸਿਟੀ ਦੇ ਨਾਲ ਮੁੱਛਾਂ ਨਾਲ ਸੈੱਟ ਕਰਾਇਓ ਨਹੀਂ ਤਾਂ ਤੁਹਾਡੀਆਂ ਵੀ ਖਰਾਬ ਹੋ ਜਾਣੀਆਂ ਇਹ ਮੈਂ ਤਾਂ ਫਿਰ ਕਟਾਤੀਆਂ ਕਿ ਐਵੇਂ ਫਿਰ ਖਰਾਬ ਮੁੱਛਾਂ ਰੱਖਣ ਦਾ ਕੋਈ ਫਾਇਦਾ ਨਹੀਂ ਹੁਣ ਇਹ ਕਟਾ ਦਈਏ ਫਿਰ ਆਪੇ ਮਹੀਨੇ ਖੰਡ ਤੱਕ ਫਿਰ ਕਿੱਡੀਆਂ ਮਹੀਨੇ ਤੱਕ ਬਹੁਤ ਵੱਡੀਆਂ ਹੋ ਜਾਣੀਆਂ ਅਤੇ 3 ਕੁ ਮਹੀਨੇ ਲੱਗਣੇ ਫਿਰ ਬਰਾਬਰ ਹੋ ਜਾਣੀਆਂ ਸੋ ਧਿਆਨ ਰੱਖਿਓ ਅੱਗੇ ਤੋਂ ਠੀਕ ਆ ਬਾਕੀ ਦੇਖੋ ਵਲੌਗ ਵਧੀਆ ਲੱਗਾ ਅਤੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਦਿਓ ਦੇਖੋ ਵਲੌਗ ਇੱਥੇ ਤਾਂ ਪੂਰੀ ਸਨੋਅ ਫਾਲ ਹੋਣ ਡਈ ਆ ਯਾਰ ਆਵਾਜ਼ ਮੈਨੂੰ ਜਦੋਂ ਮੈਂ ਜਦੋਂ ਅੰਦਰ ਸੀ ਨਾ ਮੈਨੂੰ ਆਵਾਜ਼ ਹੀ ਬੜੀ ਜ਼ੋਰ ਦੀ ਆਈ ਡਮ 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 ਮੈਂ ਕਿਹਾ ਇੰਨੀ ਜ਼ੋਰ ਜ਼ੋਰ ਦੀ ਕੀੜੀ ਕੀ ਜਾਂਦਾ ਇੰਨੇ ਵੱਡੇ ਵੱਡੇ ਗੜੇ ਸਾਰਾ ਹੀ ਵਿਹੜਾ ਭਰਿਆ ਪਿਆ ਵਾ ਇੰਨੇ ਇੰਨੇ ਗੜੇ ਆ ਕਿੱਡੇ ਕਿੱਡੇ ਵੱਡੇ ਜਲੰਧਰ ਮੇ ਹੋਈ ਭਾਰੀ ਸਨੋ ਫਾਲ ਸੀਧੀ ਬਰਫ ਗਿਰ ਰਹੀ ਹੈ ਉੱਪਰ ਸੇ ਜੰਮੀ ਹੋਈ ਯਾਰ ਕਿੰਨੀ ਉਹ ਕੈਨੇਡਾ ਨਾਲੋਂ ਜ਼ਿਆਦਾ ਵਧੀਆ ਬਣ ਗਿਆ ਹੈ ਜਲੰਧਰ ਕਿਉਂਕਿ ਬਰਫ਼ ਸੀਧੀ ਹੀ ਗਿਰ ਰਹੀ ਹੈ ਦੇਖੋ ਕਿਤਨੀ ਬਰਫ਼ ਹੈ ਠੰਡ ਲੱਗ ਰਹੀ ਹੈ ਮੇਰੇ ਕੋਲ ਬਹੁਤ ਹੱਥ ਕੰਬ ਰਹੇ ਹੈ Okay.
ਹੀ ਮੌਕੇ ਉੱਤੇ ਰੌਲੇ ਆ ਚ ਧਾਰਨੀ ਸਭ ਦੇ ਲਿਖਾਂ ਚ ਸਾਡੇ ਹੀ ਜਵਾਨੀ ਹੈ ਮਿੱਤਰਾਂ ਤੇ ਆਈ ਸੀ ਕਦੇ ਤੇਰੇ ਜਈਆਂ ਉਹ ਕਿਹੜੇ ਤੇਰੇ ਜਈਆਂ ਲਾਉਣ ਜਿੱਥੇ ਜੱਟ ਦਿਸਦੇ ਨਹੀਂ ਅੱਗੇ ਵਾਵਾ ਵੱਡਾ ਡੈਜ਼ੀਨੇਸ਼ਨ ਸੀਗਾ ADDSDO ਹੁਣ ਤੂੰ ਕੱਲਾ SDO ਰਹਿ ਗਿਆ ਦਾਤਰ ਉਹ ਪੂਰੀ ਆਹੇ ਲੱਗੀ ਇਹ ਜ਼ਿਆਦਾ ਹੀ ਔਖਾ ਜੋੜਦਾ ਲੱਗਾ ਰਹਿਣ ਦੇ ਔਰ ਇਹਦਾ ਅੱਗੇ ਉੱਪਰ ਪਾਦੇ ਡੋਟ ਜੀ ਡੈਜ਼ਿਗਨੇਸ਼ਨ SDO ਢੇਲਾ ਕੱਢ ਲੈਣਾ ਲੱਗਦਾ ਆਪਣਾ ਥੱਲੇ ਵੇ ਇੰਜੀਨੀਅਰ TS ਲਾਲੀ ਤੇ ਥੱਲੇ ਗਗਨ ਲਾਲੀ ਲੈ ਇੱਥੇ ਵੀ ਇੰਜੀਨੀਅਰ ਲਿਖਣਾ ਚਾਹੀਦਾ ਮੈਂ ਆਪਾਂ ਨੂੰ ਕਹੇ ਤੇ ਇੰਜੀਨੀਅਰ ਲਿਖੋ ਤੇ ਮੰਮੀ ਪਾਪਾ ਕਹਿੰਦੇ ਇੰਜੀਨੀਅਰ ਨਹੀਂ ਥੱਲੇ ਇਲੈਕਟ੍ਰੀਸ਼ੀਅਨ ਲਿਖੋ ਕੱਲਾ ਹੀ ਪਾਓ ਸਾਰੇ ਇੰਜੀਨੀਅਰ ਇਲੈਕਟ੍ਰੀਸ਼ੀਅਨ ਦੇ ਪਾਪਾ ਨੇ ਇੰਜੀਨੀਅਰ ਇਲੈਕਟ੍ਰੀਸ਼ੀਅਨ ਕੀਤੀ ਚਾਚੂ ਨੇ ਵੀ ਕੀਤੀ ਮੈਂ ਵੀ ਕੀਤੀ ਤੇ ਮੇਰੇ ਨਾਲ ਹੀ ਇੰਜੀਨੀਅਰ ਨਹੀਂ ਕੀਤੀ ਇਹਨਾਂ ਨੇ ਇੰਜੀਨੀਅਰਿੰਗ ਨਹੀਂ ਕੀਤੀ ਫਿਰ ਆ ਗਿਆ ਅਗਲੇ ਕਿਹੇ ਉੱਤੇ ਤੇ ਹੈਗੇ ਨਾ ਡਿਪਲੋਮੇ ਕੀਤੇ ਆ ਸਾਰਿਆਂ ਨੇ ਤੇ ਮੈਂ ਵੀ ਡਿਪਲੋਮਾ ਕੀਤਾ ਤਾਂ ਇੱਕ ਹੀ ਗੱਲ ਹੀ ਹੋ ਗਈ ਹੋਰ ਇਹਨਾਂ ਨੇ ਗੱਡੀਆਂ ਇੰਜੀਨੀਅਰਿੰਗਾਂ ਕੀਤੀਆਂ ਲੰਬੀ ਯੂਨੀਵਰਸਿਟੀ ਦਾ 5-5 ਸਾਲ ਦੀਆਂ ਡਿਗਰੀਆਂ ਲਈਆਂ ਮਾਮਾ ਇਹਨਾਂ ਲਾ ਦੀ ਕਿਤੇ ਤੂੰ ਬਾਬਾ ਬਿੰਗਾ ਕਰ ਦੇਣਾ ਕਦੋਂ ਦਾ ਹੋ ਗਿਆ ਹੋ ਜਾਣਾ ਸਿੱਧਾ ਹੁਣ ਮੈਂ ਪੁੱਠੇ ਪਾਸੋਂ ਕਰਨ ਲੱਗਾ ਨਾ ਆ ਗਏ ਬੰਦੇ ਪੈ ਗਏ ਬੰਦੇ ਬੰਦੇ ਪੈ ਗਏ ਘਰ ਦੇ ਬਾਹਰ ਹੀ ਇਹ ਨਹੀਂ ਹੋਏ ਖੁੱਲਣਾ ਇਹ ਇਸ ਹਿਸਾਬ ਨਾਲ 75 ਮਿੰਟ ਦਾ ਵਲੋਗ ਬਣ ਜਾਣਾ ਵਾ ਬੰਦ ਕਰ ਦਾ ਵਲੋਗ ਨੂੰ ਵਲੋਗ ਦੇ ਅੱਗੇ ਬਹੁਤ ਮਸ਼ਹੂਰ ਜਾਣ ਡੇ ਆਪਣੇ ਐਡੇ ਵੱਡੇ ਵਲੋਗ ਕਿੱਥੇ ਪਾਉਣੇ ਚਲੋ ਯਾਰ ਜਦੋਂ ਲੱਥੂਗਾ ਫਿਰ ਦਿਖਾਵਾਂਗੇ ਪਤਾ ਨਹੀਂ ਕਦੋਂ ਲੱਥਣਾ ਵਾ ਡੈਡ ਬਣ ਜਾਣਾ ਸੀਗਾ ਚੱਲ ਅੰਦਰੋਂ ਕੋਲ ਲੈ ਕੇ ਆਈਏ ਕਹਿੰਦਾ ਆ ਫੜ ਹੁਣ ਇਹਨੂੰ ਕਿੱਥੇ ਲਾਵਾਂ ਓਏ ਇਹਦਾ ਕੀ ਕਰਾਂ ਹੁਣ ਮੈਂ ਇਹਨੂੰ ਸਿੱਧਾ ਕਰਨਾ ਕਈ ਤਰੀਕੇ ਮੈਨੂੰ ਪਤਾ ਤਾਂ ਇੱਥੇ ਬਹੁਤ ਜਾਣੇ ਵਾਲਾ ਹਾਰ ਸਿੱਧਾ ਇਹਨੂੰ ਬੜਾ ਤੂੰ ਛੋਟਾ ਛੋਟਾ ਜਿਹਾ ਲੱਗਣਾ ਮਿਸ਼ਾ ਮੁਸ਼ਾ ਵਧਾ ਦੀਆਂ ਛੰਡਾ ਲਾ ਦੀ ਹੁਣ ਕਿ ਵਿਸਾਖੀ ਵੇਖ ਕੇ ਲਾਉਣਾ ਭਾਜੀ ਝੂਲ ਦੇ ਨਿਸ਼ਾਨ ਕੀ ਕਰੇ ਰਾਜ ਕਰੇਗਾ ਖਾਲਸਾ ਬੋਲੇ ਸੋਨਿਹਾਲ ਮੈਂ ਇਮੇਜਿਨ ਕੀਤਾ ਕਿ ਮੈਂ ਸੱਟ ਮਾਰਾਂ ਸਾਰੇ ਅੱਖਰ ਕਿੱਲਰ ਚੜ੍ਹ ਨਹੀਂ ਹਥਿਆਰ ਵੇ ਕਿੱਡੇ ਲੈ ਕੇ ਆਏ ਉਹ ਕਲਰ ਸੀ ਵੀ ਪਾਲਾ ਇਹ ਦੁਬਈ ਤੋਂ ਲੈ ਕੇ ਆਇਆ ਸੀਗਾ ਆ ਦੇਖੋ ਕਿੰਨਾ ਪੱਕਾ ਸੀਗਾ ਵੇ ਟੂਲ ਤੇ ਦੁਬਈ ਤੋਂ ਮੈਂ ਚੱਕ ਲਿਆ ਇਹਦਾ ਬਹੁਤ ਕਾਰੋਬਾਰ ਇਹਦਾ ਆ ਵੇਖ ਲਾ IPS ਪਾਣੀ ਗਿਆ ਸੀ ਉਦਾਂ ਵੇ ਆਈ ਬਣ ਗਿਆ ਯਾਰ ਉਹ ISDO ਐਮ ਪਾ ਦੇ ਵਿੱਚ IMSDO ਠੀਕ ਆ ਅੱਜ 6 ਮਹੀਨੇ ਬਾਅਦ ਮੇਰੇ ਘਰੇ ਆਇਆ ਜਿੱਦਾਂ ਮੈਂ ਪਹਿਲਾਂ ਬਿਨਾਂ ਦੱਸੇ ਸਰਪ੍ਰਾਈਜ਼ ਦੇਣ ਆਉਂਦਾ ਸੀ ਨਾ ਮੈਂ ਘਰੋਂ ਤੁਰਿਆ 7:30 ਵਜੇ ਤੁਰਿਆ ਅਜੇ 9 ਵਜੇ ਆ ਠੀਕ ਆ ਮੈਂ ਪਹੁੰਚ ਗਿਆ ਪਿੰਡ ਦਿਆਲਗੜ੍ਹ ਪੂਰੇ 6 ਮਹੀਨੇ ਬਾਅਦ ਹੁਣ ਮੈਂ ਅੰਦਰ ਚੱਲਾਂ
ਮੈਂ ਪਹੁੰਚ ਗਿਆ ਵਾਂ, ਚੱਲਾਂ ਅੰਦਰ ਤੇ ਅੱਜ ਮਿਲਦੇ ਇਹਨੂੰ ਲੈ ਜਾਣਾ ਮੈਂ ਅੱਜ ਰਾਤੋਂ ਰਾਤ ਹੀ ਘਰੇ। ਫਿਰ ਚਲੋ ਅੰਦਰ ਜਾ ਕੇ ਫਿਰ ਮੈਂ ਦੇਖਦਾ ਕੀ ਰਿਐਕਸ਼ਨ ਆ। ਮੈਂ ਮਾਤਾ ਹੋਣਾ ਨੂੰ ਵੀ ਨਹੀਂ ਮਿਲਿਆ 6 ਮਹੀਨਿਆਂ ਤੋਂ, ਸੋ ਮਿਲਦੇ ਅੰਦਰ ਜਾ ਕੇ ਦੇਖਦੇ ਹਾਂ। ਲੱਗਦਾ ਸੌ ਗਏ ਸਾਰੇ। ਲਾਲ ਟੈਸੇ ਮੰਜੇ ਦੇ ਨੂੰ ਸੁੱਟ ਕੇ ਗਿਆ। ਹੋਰ ਠੀਕ ਹੈ? ਵਾਹ, ਮੈਂ ਆ ਗਿਆ ਵੇਖ ਲਾ। ਮੈਂ ਕਿਹਾ ਯਾਰ ਮੈਂ ਮਿਸ ਕਰਨ ਡਿਆ ਅੱਜ, ਮੈਂ ਕਿਹਾ ਮੇਲਾ ਹੀ ਪਰੇ ਭੈਣ ਤੇ ਚੱਲ ਪਾਸੇ ਲੈ ਗਿਆ। ਬਿਲਕੁਲ ਨੀ ਪੀਣੀ ਹੋਣੀ। ਚੱਲ ਬੰਨ ਭਰਨਾ ਨਿਕਲੀ। ਐਸੇ ਮੰਜੇ ਤੈਨੂੰ ਮੈਂ ਸੁੱਟ ਕੇ ਗਿਆ ਸੀਗਾ, ਪਹਿਲਾਂ ਇੱਥੇ ਡਿੱਗਿਆ, ਇੱਥੇ ਡਿੱਗਿਆ, ਫਿਰ ਇੱਥੇ ਡਿੱਗਿਆ, ਫਿਰ ਇੱਥੇ ਡਿੱਗਿਆ। ਉੱਦਣ ਦਾ ਮੈਂ ਗਿਆ, ਅੱਜ ਆਇਆ ਕੱਪੜੇ ਟੈਚੀ ਲੱਭਣ ਸੂਟਕੇਸ। ਹੋਰ ਮਾਤਾ ਕਿੰਨਾ ਮਿਸ ਕੀਤਾ ਫਿਰ ਮੈਨੂੰ, ਹੈਂ ਇਹਦੇ ਨਾਲੋਂ ਵੱਧ ਕੀਤਾ? ਨਹੀਂ ਨਹੀਂ ਬਹੁਤ ਕੀਤਾ ਕੀਤਾ ਫਿਰ ਮਿਸ। ਚਲੋ ਫਿਰ ਮੈਂ ਅੱਜ ਆ ਹੀ ਗਿਆ ਫਿਰ, ਹੈਨਾ। ਕੋਈ ਨੀ, ਹੁਣ ਆਵਾਂਗੇ, ਫਿਰ ਆਵਾਂਗੇ। ਹੁਣ ਵਿਹਲੇ ਹੋ ਗਏ, ਕਿਸੇ ਦਿਨ ਦੋ ਤਿੰਨ ਦਿਨ ਰਹਿ ਕੇ ਜਾਊਂਗਾ। ਹੁਣ ਤੇ ਇਹਨੂੰ ਲੈਣ ਹੀ ਆਇਆ ਸੀ ਮੈਂ, ਘਰੇ ਹੀ ਚੱਲ ਚੱਲ ਜਾਣਾ ਆਪਾਂ। ਇੱਥੋਂ ਪਹਿਲਾਂ ਸ਼ਹੀਦਾਂ ਸਾਹਿਬ ਮੱਥਾ ਟੇਕ ਕੇ ਫਿਰ ਘਰੇ ਰਾਤੋਂ ਰਾਤ ਚੱਲ ਜਾਣਾ ਆਪਾਂ। ਮੰਮੀ ਪਾਪਾ ਦਾ ਕਿੱਦਾਂ? ਉਹ ਵੀ ਐਸ ਪੀ ਦਾ ਮੁੰਡਾ ਵਾ, ਐਸ ਪੀ ਨਾਲ ਚੁੱਕ ਕੇ ਦਿਖਾਈ ਆਪਣੇ ਕੋਲ ਮਾੜਾ ਘਰੇ। ਇਹ ਐਸ ਪੀ ਦਾ ਬੇਟਾ ਵਾ, ਬੇਟਾ ਕਹਿਣ ਡਿਆ ਮੈਂ ਨਾਲ ਹੀ ਜਾਣਾ ਵਾ। ਦੇਖੋ ਮਾੜਾ ਮੂੰਹ, ਦੇਖੋ ਇਹਦਾ ਪੂਰਾ, ਦੇਖੋ ਇਹਦੇ ਅਰਗਾ ਹੀ ਮੂੰਹ ਆ ਇਹਦਾ। ਠੀਕ ਆ, ਸੇਮ ਇਹਨੇ ਮਤਲਬ ਆਪ ਜੰਮਿਆ, ਆਪ ਜੰਮੇ, ਆਪਣੇ ਹੱਥੀ ਜੰਮਿਆ, ਆਪ ਕੀਤੀ ਮੁਸ਼ਕਤ ਕੀਤੀ ਹੈ। ਉਹ ਤੈਨੂੰ ਬਾਵਾ ਪਿਆਰ ਕਰਦਾ, ਤੈਨੂੰ ਆਣਾ ਮਿਸ ਕਰਨ ਡਿਆ ਹੀ ਵੇਖ ਲਾ। ਕੱਢਲ ਕਰਨ ਨੇ ਇਹਦੇ ਨਾਲ ਕੱਢਲ ਮੰਮੇ, ਆ ਫੜੋ ਯਾਰ ਫਿਰ ਇਹਨੂੰ, ਜਾ ਅੰਦਰ ਵਾੜ ਕੇ ਬਸ ਦਰਵਾਜ਼ਾ ਲਾ ਦੇ। ਚੱਲ ਕਿਉਂ ਤੈਨੂੰ ਚਲੋ ਵਧੀਆ ਗਜਾਏ ਵਧੀਆ। ਉਹ ਵੀ ਮੇਰਾ ਫੋਨ ਇੱਥੋਂ ਹੀ ਮੈਂ ਗਿਆ ਸੀ, ਉਹਨੇ ਮੈਨੂੰ ਛਾਤੀ ਲੱਤਾਂ ਮਾਰ ਕੇ ਕੱਢਿਆ ਇੱਥੋਂ। ਠੀਕ ਆ, ਤੇ ਹੁਣ ਬਾਅਦ ਚੱਲੇ ਆਪਾਂ ਵਾਪਸੀ। ਚਲੋ ਡਰਾਈਵਰ ਗਾਡੀ ਨਿਕਾਲੋ। ਆਹੋ ਜਾਣਾ ਵਾ ਉਧਰੋਂ, ਨਾਲੇ ਸੌਖਾ ਪੈਣਾ ਸਾਨੂੰ ਇਧਰੋਂ ਮਹਿਤੇ ਲੋ, ਓਦਾਂ ਹੀ ਜਿਆਦਾ ਵਾ ਇਧਰੋਂ ਹਾਈਵੇ, ਹਾਈਵੇ ਚੱਲਦੇ ਨਾਲੇ। ਚਲੀਏ ਚੱਲ ਵੇਖ ਲਾ। ਆਹੋ ਚਲੋ, ਓਕੇ ਮਿਲਦੇ ਆ ਇੱਕ ਦੋ ਦਿਨ ਤੱਕ ਹੁੰਨਾ ਫਿਰ। ਚਲੋ ਬਾਏ। ਚਲ ਚੰਗਾ, ਬਾਏ ਬਾਏ। ਆਣਾ ਮੇਰੀ ਯਾਰ, ਚੱਲ ਮੋਸ਼ਨ ਰੋਕੀ। ਓਏ ਹੁਣ 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 ਦਾ ਪੈਂ ਚ ਚਲਾ ਸਾਲਾ ਮੈਕਸੀਕੋ। ਬਟਾਲਾ ਬੜਾ ਅਪਗ੍ਰੇਡ ਹੋ ਗਿਆ ਵਾ, ਆਈ ਲਵ ਬਟਾਲਾ। ਫੋਟੋਆਂ ਕਿਹਦੀਆਂ ਲੱਗੀਆਂ ਭਲਾ? ਇੱਕ ਮੇਰੀ ਲੱਗੀ ਆ, ਓਏ ਤੇਰੀ ਲੱਗੀ, ਇੱਕ ਸਾਪੀ ਦੀ ਲੱਗੀ। ਓਏ ਮਜ਼ਾਕ ਨਾ ਕਰ ਭਰਾ। ਨਹੀਂ ਇੱਕ ਆਪਣੇ ਸ਼ਹੀਦ ਉਧਮ ਸਿੰਘ ਨੇ, ਹਾਂ ਫੇ ਉਹਨਾਂ ਦਾ, ਇੱਕ ਆਪਣੇ ਭਗਤ ਸਿੰਘ ਨੇ, ਤੇ ਇੱਕ ਉਹਨਾਂ ਦੀ ਕੀ ਰੀਸ ਕਰ ਲੈਣੀ ਆਪਾਂ। ਚੱਲ ਚੰਗਾ ਹੋਇਆ ਆਪਣੇ ਬੰਦਿਆਂ ਦੀ ਲਾਈ ਹੈ। ਆਹੋ
ਹੋਰ ਹੀ ਨੀ ਕਿਸੇ ਦੀ ਲਾ ਛੱਡੀ ਆ ਹੋਰ ਕੀ ਹੁਣ ਮੈਂ ਨਾਮ ਲਵਾਂ ਦੱਸ ਪਤਾ ਹੀ ਆ ਸਾਰਿਆਂ ਨੂੰ ਕਿਹਦੀ ਲਾ ਦਿੰਦੇ ਸਾਰੇ ਪਾਸੇ ਚੁੱਪ ਲੈਂਦਾ ਪਰ ਇਹ ਨਜ਼ਰਾਂ ਚੋ ਗਿਰ ਗਿਆ ਤੇ ਫਿਰ ਮੈਂ ਕੀ ਕਰਦਾ ਇਹ ਨਜ਼ਰਾਂ ਚੋ ਡਿੱਗ ਗਿਆ ਸੀ ਮੇਰੀਆਂ ਚੋ ਠੀਕ ਆ ਕਿਉਂਕਿ ਇੰਨੇ ਮਤਲਬ ਕੋਈ ਗੱਲਾਂ ਦੋਗਲੀਆਂ ਕਰਤੀਆਂ ਉਧਰ ਕੋਈ ਹੋਰ ਗੱਲਾਂ ਕਹਿ ਆਪਣੇ ਯਾਰਾਂ ਦੋਸਤਾਂ ਚ ਮੇਰੀ ਮੈਨੂੰ ਭੰਡਦਾ ਰਿਹਾ ਉਹ ਕੋਈ ਵਿੱਚ ਇੱਕ ਫਰੈਂਡ ਸੀ ਆਪਣਾ ਉਹਨੇ ਫਿਰ ਮੈਨੂੰ ਦੱਸਿਆ ਆ ਕੇ ਹਨਾ ਫਿਰ ਇਹ ਝੂਠਾ ਸਾਬਤ ਹੋਇਆ ਉੱਥੇ ਉਹ ਕਹਿੰਦਾ ਕਿ ਹਾਂ ਇਹਨੇ ਗੱਲਾਂ ਕੀਤੀਆਂ ਮੁੜ ਕੇ ਇਹਨੇ ਕਹਿਤਾ ਕਿ ਮੈਂ ਸ਼ਰਾਬ ਪੀ ਕੇ ਪਰ ਸ਼ਰਾਬ ਪੀ ਕੇ ਵੀ ਯਾਰ ਮੇਰੀਆਂ ਪਰਸਨਲ ਗੱਲਾਂ ਕਿਸੇ ਚਾਰ ਬੰਦਿਆਂ ਨਾਲ ਕਰੇਗੀ ਯਾਰ ਲਾਲੀ ਦੇ ਸਾਰਿਆਂ ਲੋਕਾਂ ਨੇ ਕਹਿਣਾ ਇਹ ਚੰਗਾ ਸਾਲਾ ਮੇਰਾ ਪਰ ਕੀਤਾ ਤਾਂ ਹੈਗਾ ਹੀ ਹੈ ਨਾ ਐਸਪੀ ਹੁਣ ਤੂੰ ਜੋ ਮਰਜ਼ੀ ਕਹਿ ਮੈਂ ਸੱਚ ਬੋਲਦਾ ਹੁੰਦਾ ਭਰਾ ਇਹਨੇ ਗਲਤ ਕੀਤਾ ਤੇਰੇ ਨੇ ਮੈਨੂੰ ਖੋਲ ਕੇ ਦੇਣਾ ਸੀ ਉਹ ਇੱਥੇ ਖੁੱਲ ਗਿਆ ਵਾ ਕਿਸੇ ਟਰੈਕਟਰ ਟੂਟਰ ਦੇ ਨਾਂ ਤੇ ਖੁੱਲ ਗਿਆ ਵਾ ਉਹ ਤਾਂ ਇਹਨੇ ਜਦੋਂ ਗੱਲਾਂ ਦੋ ਗੱਲਾਂ ਯਾਰ ਨਿਕਲਿਆ ਤੂੰ ਮੇਰੇ ਡੈਡੀ ਨੂੰ ਦੱਸਿਆ ਮੈਂ ਕਿਹਾ ਇਹਨੇ ਸਾਡੇ ਘਰ ਦੀਆਂ ਗੱਲਾਂ ਕੁਛ ਆਪਣੇ ਯਾਰਾਂ ਦੋਸਤਾਂ ਨੂੰ ਇਹ ਵੀ ਦੱਸਿਆ ਇਹਨਾਂ ਨੇ ਸੋਹਣਾ ਸਾਹਮਣੇ ਕਿੱਥੇ ਦੇਖਿਆ ਤੇ ਬਸ ਫਿਰ ਇਹਨੇ ਥੋੜਾ ਗਲਤ ਕੀਤਾ ਹਨਾ ਮਤਲਬ ਜ਼ਿਆਦਾ ਹੀ ਗਲਤ ਗੱਲਾਂ ਇਹਨੇ ਕਰਤੀਆਂ ਹੈਗੀਆਂ ਆਪਣੇ ਮਤਲਬ ਕਿਸੇ ਤੀਸਰੇ ਬੰਦੇ ਨਾਲ ਆਪਣੇ ਵੱਲ ਖਰਾਬ ਬਣਿਆ ਲਾਲੀ ਦਾ ਤੇ ਇੱਦਾਂ ਵਾ ਉੱਦਾਂ ਵਾ ਮਤਲਬ ਵਾਵਾ ਇਹਨੇ ਮੇਰੇ ਬਾਰੇ ਗੱਲਾਂ ਗੁੱਲਾਂ ਕਰਤੀਆਂ ਉਹਦੇ ਕਰਕੇ ਵੀ ਆਪਣਾ ਬਾਕੀ ਪਹਿਲਾਂ ਆਪਾਂ ਚੱਲੇ ਸ਼ਹੀਦਾਂ ਸਾਹਿਬ ਮੱਥਾ ਟੇਕਣ ਫਿਰ ਆਪਾਂ ਹੁਣ ਵਾਪਸ ਚੱਲ ਚੱਲੇ ਆ ਕਿ 9:30 ਇੱਥੋਂ ਹੋ ਗਏ ਆ ਹੁਣ ਫਿਰ ਘਰੇ ਜਲੰਧਰ ਜਾਂਦੇ ਆ ਕੱਲ ਨੂੰ ਫਿਰ ਨਹਾ ਧੋ ਕੇ ਤੇ ਇਹ ਸਵੇਰ ਦਾ ਵਿਆਹ ਤੇ ਗਿਆ ਸੀ ਇਹਨੇ ਚਿਕਨ ਚੁਕਣ ਵੀ ਖਾਧਾ ਵਾ ਤੇ ਫਿਰ ਮੈਂ ਤਾਂ ਆਪਣੇ ਮੈਂ ਕਿਹਾ ਹੁਣ ਫਿਰ ਇਕੱਲਾ ਮੈਂ ਕੀ ਜਾਊਂਗਾ ਕੱਲ ਨੂੰ ਤਿਆਰ ਹੋ ਗਏ ਤੇ ਫਿਰ ਸਾਬੀ ਨੂੰ ਵੀ ਲੈ ਆਵਾਂਗੇ ਉਹ ਬਿਮਾਰ ਸੀ ਉਹ ਅੱਜ ਆਇਆ ਨੀ ਉਹਨੂੰ ਬੜਾ ਬੜਾ ਬਿਮਾਰ ਹੀ ਰਹਿੰਦਾ ਵਾ ਕੱਲ ਨੂੰ ਫਿਰ ਮੱਥਾ ਟੇਕਣ ਆਵਾਂਗੇ ਆਪਾਂ ਨਹਾ ਧੋ ਕੇ ਘਰੋਂ ਸਿੱਧਾ ਹੀ ਨਾਲੇ ਆਪਾਂ ਦੁਪਹਿਰਾ ਕੱਟ ਲਾਂਗੇ ਆਪਣਾ ਹਨਾ ਪਾਠ ਕਰ ਜਾਂਗੇ ਤੇ ਟਾਈਮ ਸਿਰ ਤੁਰਾਂਗੇ 6-7 ਵਜੇ ਕਿਉਂਕਿ ਹੁਣ ਗੱਡੀ ਵੀ ਨੀ ਆਪਣੇ ਕੋਲ ਹੁੰਦੀ ਤੇ ਗੱਡੀ ਪਾਪਾ ਲੈ ਜਾਂਦੇ ਰੋਜ਼ ਤੇ ਫਿਰ ਆਪਾਂ ਮੋਟਰਸਾਈਕਲ ਤੇ ਆ ਨੀ ਸਕਦੇ ਪਾਪਾ ਜੀ ਆਏ ਸੀਗੇ 6 ਵਜੇ ਤੇ ਨਾਲ ਹੀ ਮੈਂ 7 ਵਜੇ ਦੇ ਵੱਲ ਨੂੰ ਆ ਗਿਆ ਚਲੋ ਫਿਰ ਹੁਣ ਨਹੀਂ ਤਾਂ ਉੱਦਾਂ ਮੈਂ ਰਹਿ ਪੈਣਾ ਸੀ ਅੱਜ ਰਾਤ ਇੱਥੇ ਤੇ ਸਵੇਰੇ ਮੱਥਾ ਟੇਕ ਕੇ ਮੁੜਨਾ ਹੈ ਪਰ ਪਾਪਾ ਨੂੰ ਫਿਰ ਸਵੇਰੇ 9 ਵਜੇ ਗੱਡੀ ਚਾਹੀਦੀ ਹੈ ਕਰਨਾ ਵੈਸੇ ਇਦਾਂ ਹੀ ਚਾਹੀਦਾ ਸੀਗਾ ਨਹੀਂ ਉੱਦਾਂ ਮੈਂ ਰਹਿ ਪੈਣਾ ਸੀਗਾ ਕੋਈ ਗੱਲ ਨਹੀਂ ਚੱਲ ਨਹੀਂ ਮੇਰਾ ਇਹੀ ਇਰਾਦਾ ਸੀਗਾ ਕਿ ਅੱਜ ਰਾਤ ਰਹਿ ਪੈਂਦੇ ਤੇ ਸਵੇਰੇ ਚੱਲ ਜਾਂਦੇ ਪਰ ਫਿਰ ਸਵੇਰੇ ਬਾਪੂ ਨੇ ਕਿਤੇ ਬਾਪੂ ਨੇ ਵੀ ਉਹ ਨਹੀਂ ਨਾ ਕਰਨਾ ਓਏ ਫਾਟਕਾਂ ਦੇ ਵਿੱਚ ਬੰਦ ਹੋ ਗਈ ਓਏ ਲੈਣਾ ਤੇ ਹੀ ਤੇਰੀ ਕੰਟਰੋਵਰਸੀ ਕਰੂੰਗਾ ਤੇ ਮੈਂ ਬੜਾ ਪੈਸਾ ਕਮਾ ਲੈਣਾ ਕਿਤੇ ਭਾਵੇਂ ਮੈਂ ਪਹਿਲਾਂ ਹੀ ਵਲੌਗ ਪਾਉਂਦਾ ਇਹ ਕੰਟਰੋਵਰਸੀ ਦਾ ਪਹਿਲਾਂ ਰਿਪੋਰਟਾਂ ਵੱਜ ਜਾਂਦੀਆਂ ਤੇ ਤੁਹਾਡਾ ਪਹਿਲਾਂ ਵੀ ਜਾਂਦੇ ਭੈਣ ਚੋ ਯਾਰ ਬਿਕਾਰ ਸਭ ਕਿਉਂ ਜਾ ਕੇ ਮਿਲਦੇ ਆਪਾਂ ਹੁਣ ਚੱਲੀਏ ਕਰਤੂਤਾਂ ਨੀ ਕਰਨੀ ਚਾਹੀਦੀ ਓਦਾਂ ਦੀਆਂ ਬੰਦਾ ਉਹ ਸੋਚੇ ਕੰਮ ਕਰਨ ਲੱਗੇ ਜਿਹੜੇ ਚੰਗੇ ਨਹੀਂ ਹੈਗੇ ਚੱਲ ਕੋਈ ਗੱਲ ਨੀ ਗਲਤੀਆਂ ਇਨਸਾਨ ਕੋਈ ਹੁੰਦੀਆਂ ਹੁਣ ਜਿਹਨੇ ਗਲਤੀ ਕਰ ਬੈਠਾ ਫਿਰ ਮਾਫੀ ਵੀ ਤਾਂ ਅਗਲੇ ਨੇ ਨੱਕ ਰਗੜਿਆ ਹੀ ਆ ਪੈਰਾਂ ਤੇ ਹੁਣ ਮੇਰੇ ਹੱਥ ਬਹਿ ਗਏ ਇੱਦਾਂ ਦਾ ਨੱਕ ਵੀਡੀਓ ਪਾ ਦਈਏ ਮੈਂ ਕਹਿੰਦਾ ਉਹ ਵੀ ਲੀਕਾਂ ਕੱਢੀਆਂ ਪਰ ਰਹਿਣ ਦੇ ਉਹਨੇ ਫਿਰ ਮਾਫੀ ਮੰਗੀ ਫਿਰ ਕੀ ਹੋਇਆ ਪਰ ਅੱਗੇ ਤੋਂ ਥੋੜਾ ਧਿਆਨ ਰੱਖੀਦਾ ਹੁੰਦਾ ਵਾ ਕਿ ਯਾਰ ਆਪਾਂ ਕੁਛ ਕੁ ਪੈਸਿਆਂ ਕਰਕੇ ਜਾਂ ਵਿਊਆਂ ਖਾਤਰ ਮੈਂ ਸੱਚੀ ਝੁੱਠਾ ਹੋਈ ਜਾਣਾ ਮੇਰਾ ਮੂੰਹ ਇਹ ਯਾਰ ਕੁਛ ਕੁ ਵਿਊਆਂ ਖਾਤਰ ਪੈਸਿਆਂ ਕਰਕੇ ਇੰਨਾ ਨਹੀਂ ਗਿਰ ਜਾਈਦਾ ਵੀ ਆ ਵੀ ਯਾਰੀਆਂ ਇੰਨੀਆਂ ਪੁਰਾਣੀਆਂ ਟੁੱਟ ਜਾਣ ਠੀਕ ਆ ਨਹੀਂ ਚੰਗੇ ਲੱਗੀਦਾ ਹਨਾ ਆਪਾਂ ਗਾਣੇ 'ਚ ਇੰਨਾ ਕੁਛ ਕਹੀਦਾ ਕਿ ਯਾਰੀ ਆ ਯਾਰੀ ਖਾਤਰ ਉਹ ਕਰੀਦਾ ਗਾਣੇ ਝੂਠ ਕਹੀ ਜਾਂਦੇ ਜੇ ਹੁਣ ਇਹਦਾ ਗਾਣਾ ਆਇਆ ਵਾ ਠੀਕ ਆ ਤੇ ਸੁਣਨਾ ਆਇਆ ਸੁਣ ਲਿਓ ਨਹੀਂ ਤੁਹਾਡੀ ਮਰਜ਼ੀ ਆ ਠੀਕ ਇਹ ਦਾਣਾ ਕਹਿੰਦੇ ਨੇ ਸਲਾਹ ਹੋ ਗਈ ਹੈ ਕਹਿਣ ਸੁਣ ਲੈ ਡਿਸਕ੍ਰਿਪਸ਼ਨ 'ਚ ਗਾਣੇ ਦੀ ਪ੍ਰਮੋਸ਼ਨ ਵੀ ਕਰਨ ਨੇ ਆਪਾਂ ਗਾਣਾ ਸਾਰੇ ਬੋਲਬਾਣੀ ਗਾਣਾ ਤੁਸੀਂ ਸਾਰੇ ਜਣੇ ਨੇ ਸੁਣਿਆ ਹੋਣਾ ਜਿਨ੍ਹਾਂ ਨੇ ਜਿਨ੍ਹਾਂ ਤੱਕ ਪਤਾ ਲੱਗਾ ਡਿਸਕ੍ਰਿਪਸ਼ਨ 'ਚ ਉਹਦਾ ਲਿੰਕ ਆ ਸਾਰੇ ਜਣੇ ਉਹ ਗਾਣਾ ਜ਼ਰੂਰ ਸੁਣਿਓ ਕਮੈਂਟ ਕਰਕੇ ਦੱਸਿਓ ਗਾਣਾ ਕਿੱਦਾਂ ਦਾ ਲੱਗਾ ਪਰ ਉਹ ਗਾਣਾ ਹੈਗਾ ਪੁਰਾਣਾ ਉਹਦੇ ਵਿੱਚ ਯਾਰੀਆਂ ਦੀਆਂ ਜਿਹੜੀਆਂ ਇਹਨੇ ਗੱਲਾਂ ਕੀਤੀਆਂ ਪਹਿਲਾਂ ਤੂੰ ਕੀ ਸੋਚ ਕੇ ਕਰਨੀਆਂ ਕਿਉਂਕਿ ਯਾਰੀਆਂ ਦੇ ਜੋਗੇ ਤੇ ਤੁਸੀਂ ਰਹੇ ਨਹੀਂ ਸੀਗੇ ਔਰ ਤੁਸੀਂ ਅੱਜ ਮਾਫੀਆਂ ਮੰਗੀਆਂ ਹੱਥ ਜੋੜ ਜੋੜ ਕੇ ਕਿ ਮੈਨੂੰ ਮਾਫ਼ ਕਰ ਦੇ ਤੇ ਚੱਲ ਹੜਾ ਕੀ ਮਤਲਬ ਤੁਹਾਨੂੰ ਸ਼ਰਮ ਆ 6 ਮਹੀਨੇ ਬਾਅਦ ਆਣੇ ਆ ਨੂੰ ਗੋਡਾ ਆਵੇਗਾ ਇੱਥੇ ਤੱਕ ਮੁੰਨਿਆ ਵਾ ਓਏ ਕੱਲੇ ਗੋਡੇ ਦੀ ਸ਼ੇਵ ਕਰਤੀ ਆ ਬਾਕੀ ਲਾ ਦੇ
ਉੱਪਰ ਵੀ ਨਹੀਂ ਕੀਤਾ ਥੱਲੇ ਵੀ ਨਹੀਂ ਕੀਤਾ ਪੈਂਟ ਪਾਈ ਦੀ ਇਹਨਾਂ ਮੁੰਡਿਆਂ ਨੂੰ ਪਾਟੀ ਪੈਂਟ ਪਾ ਬਹੁਤ ਪਾਉਂਦਾ ਅੱਛਾ ਗੋਡੇ ਵਾਲੀ ਪੈਂਟ ਪਾਉਂਦਾ ਪਾਟੀ ਪੈਂਟ ਬਹੁਤ ਪਾਉਂਦਾ ਉਹਨੂੰ ਚਲੋ ਯਾਰ ਮਜ਼ਾਕ ਇੱਕ ਪਾਸੇ ਉਹ ਕੋਈ ਏਡੀ ਗੱਲ ਨਹੀਂ ਸੀ ਹੋਈ ਆਪਣੀ ਉਹ ਐਵੇਂ ਚਪੇੜੇ ਮਾਰੀਆਂ ਸੀ ਤੇ ਹੋਰ ਕੁਛ ਨਹੀਂ ਹੋਇਆ ਕਿੰਨਾ ਟਾਈਮ ਹੋ ਗਿਆ ਹਨਾ ਇਹ ਵਲੌਗ 'ਚ ਨਹੀਂ ਆਇਆ ਕਿਉਂਕਿ ਬਿਜ਼ੀ ਚੱਲਦੇ ਸੀ ਆਪਾਂ ਵੀ ਵਾਹਵਾ ਟਾਈਮ ਹੋ ਗਿਆ ਮੈਂ ਆਪ ਹੀ ਨਹੀਂ ਗਿਆ ਬਟਾਲੇ ਇਹ ਨਹੀਂ ਆਇਆ ਇਹ ਆਉਂਦਾ ਵੀ ਸੀ ਜਦੋਂ ਇਹ ਆਇਆ ਉਦੋਂ ਆਪਾਂ ਸਾਡੇ ਕੋਲ ਤੇਲ ਜੋ ਪੈਸੇ ਨਹੀਂ ਗੱਡੀ 'ਚ ਪਵਾਉਣ ਨੂੰ ਤੇ ਇੱਕੋ ਕਰਾਇਆ ਨਹੀਂ ਇੱਥੇ ਆਉਣ ਇਹਦੇ ਕੋਲ ਕਰਾਇਆ ਨਹੀਂ ਇੱਥੇ ਆਉਣ ਦਾ ਸਾਡੇ ਕੋਲ ਗੱਡੀ 'ਚ ਪਵਾਉਣ ਇਹ ਮੈਂ ਗੱਲ ਸੱਚੀ ਹੋਈ ਇਹ ਗੱਲ ਸੱਚੀ ਹੋਈ ਸੱਚੀ ਹੈ ਹਨਾ ਇਹਦੇ ਕੋਲ ਕਰਾਇਆ ਨਹੀਂ ਇੱਧਰ ਆਉਣ ਨੂੰ ਤਾਂ ਸਾਡੇ ਕੋਲ ਤੇਲ ਨਹੀਂ ਸੀ ਉੱਧਰ ਜਾਣ ਨੂੰ ਤੇ ਉਹ ਹੋਇਆ ਕੁਛ ਵੀ ਨਹੀਂ ਸੀ ਐਵੇਂ ਮਜ਼ਾਕ ਕਰਨੇ ਆਪਾਂ ਉਦੋਂ ਦੇ ਤੇ ਫਿਰ ਅੱਜ ਹੁਣ ਥੋੜ੍ਹੇ ਜਿਹੇ ਠੀਕ ਹੋਏ ਹਾਂ ਤੇ ਚੱਲ ਫਿਰ ਇਹਨੂੰ ਮੈਂ ਲੈ ਕੇ ਆਇਆ ਹਨਾ ਜਾ ਕੇ ਕਿਤੇ ਲਾ ਫਿਰ ਆਪਾਂ ਜਿਦਾਂ ਕਿ ਫਿਰ ਮੈਂ ਕਿਤੇ ਪੜ੍ਹਿਆ ਕਿ ਜਿੱਤ ਕੇ ਲਿਖਿਆ ਸੀਗਾ ਕਿ ਜੋ ਹੋਣਾ ਉਹ ਹੋ ਕੇ ਰਹਿਣਾ ਵਾ ਕਿ ਆਪਣੇ ਸੋਚਣ ਦਾ ਕੋਈ ਫਾਇਦਾ ਨੀ ਸੋ ਐਵੇਂ ਆਪਾਂ ਦੋਵੇਂ ਜਾਣੇ ਥੋੜੇ ਜਿਹੇ ਫਰਸਟ੍ਰੇਟ ਹੀ ਕਿਉਂਕਿ ਤਿੰਨੇ ਜਾਣੇ ਲਾ ਲਓ ਤੁਸੀਂ ਸਿਹਤਾਂ ਬਹੁਤ ਕਾਇਮ ਸੀ ਕੱਲ੍ਹ ਦੀਆਂ ਪਰਸੋਂ ਆਹ ਵੇਖੋ ਇਹ ਵੀ ਜਿੱਦਾਂ ਆਪਾਂ ਤਿੰਨੇ ਜਾਣੇ ਥੋੜੇ ਜਿਹੇ ਫਰਸਟ੍ਰੇਟ ਜੇ ਸੀਗੇ ਲਾਈਫ ਨੂੰ ਲੈ ਕੇ ਕਿਉਂਕਿ ਸਾਡਾ ਕੋਈ ਨਹੀਂ ਸਮਾਂ ਲੱਗਣ ਡਿਆ ਹਜੇ ਤਿੰਨਾਂ ਦਾ ਕੋਈ ਇੱਕ ਏਮ ਹੈ ਨਹੀਂ ਕੋਈ ਗੋਲ ਹੈ ਨਹੀਂ ਜੇ ਕੋਈ ਗੋਲ ਹੈ ਗੋਲ ਬਹੁਤ ਵੱਡੇ ਆ ਠੀਕ ਆ ਮਤਲਬ ਕਿ ਕਲੀਅਰ ਸਾਡੇ ਹੱਥ 'ਚ ਬੋਲ ਹੀ ਨਹੀਂ ਆ ਰਹੀ ਸਾਡੇ ਹੱਥ 'ਚ ਬੋਲ ਹੀ ਨਹੀਂ ਆ ਰਹੀ ਪਾਸ ਨਹੀਂ ਕਰ ਰਿਹਾ ਬੋਲ ਬੋਲ ਦੋੜੇ ਗੋਲ ਨੂੰ ਲੈ ਕੇ ਕਿ ਹਾਂ ਵੀ ਕੀ ਕਰੀਏ ਕਿੱਦਾਂ ਕਰੀਏ ਜੇ ਕਿਤੇ ਆਪਾਂ ਸੋਚੀਦਾ ਕਿ ਇੱਥੇ ਰਹਿ ਕੇ ਕੁਝ ਕਰੀਏ ਉਦੋਂ ਨੂੰ ਫਿਰ ਕਿਤੇ ਬਾਹਰ ਦਾ ਕੋਈ ਛੋਟਾ ਮੋਟਾ ਹਿੰਟ ਜਿਹਾ ਮਿਲ ਜਾਂਦਾ ਫਿਰ ਦਿਮਾਗ ਉੱਧਰ ਹੋ ਜਾਂਦਾ ਜੇ ਕਿਤੇ ਉੱਧਰੋਂ ਸਾਨੂੰ ਜਵਾਬ ਮਿਲ ਜਾਂਦਾ ਵਾ ਫਿਰ ਆਪਾਂ ਮਤਲਬ ਪਜ਼ਲ ਜੇ ਹੋ ਗਏ ਆ ਕਿ ਯਾਰ ਇੱਥੇ ਹੀ ਫੋਕਸ ਕਰੀਏ ਪੂਰਾ ਆਪਾਂ ਆਪਣੇ ਕੰਮ ਕੁੰਮ ਨੂੰ ਲੈ ਕੇ ਠੀਕ ਹੈ ਜਿੱਦਾਂ ਹੁਣ ਇਹਨੇ ਗਾਣੇ ਗੁਣੇ ਦੀ ਲਾਈਨ 'ਚ ਹੀ ਜਾਣਾ ਹਨਾ ਕਿ ਇਹ ਇੱਥੇ ਰਹਿ ਕੇ ਫੋਕਸ ਕਰੇ ਹਨਾ ਪੂਰਾ ਗਾਣੇ ਕਰਦਾ ਰਹੇ ਜਿੱਦਾਂ ਹੁਣ ਮੈਂ ਆ ਕਿ ਮੈਨੂੰ ਵੀ ਆ ਗਏ ਹਨਾ ਮੈਨੂੰ ਚੱਲ ਇਹੀ ਆ ਕਿ ਯਾਰ ਪੈਸੇ ਕਮਾਉਣੇ ਬਸ ਮੈਨੂੰ ਬਸ ਮੈਨੂੰ ਵਿਆਹ ਵੀ ਦਾ ਕੁਝ ਚਿੰਤਾ ਹੈ ਨਹੀਂ ਮੈਨੂੰ ਵੀ ਹੈਗਾ ਵਾ ਕਿ ਹਨਾ ਕਿ ਪੈਸੇ ਕਮਾਉਣੇ ਹੁਣ ਇਹਦਾ ਥੋੜਾ ਬਿਜ਼ਨਸ ਆ ਕਿ ਚਲੋ ਇਹਦੇ 'ਚ ਟੈਲੈਂਟ ਹੈਗਾ ਲਿਖਣ ਗਾਉਣ ਦਾ ਤੇ ਇਹ ਆਪਣੇ ਇਸੇ ਲਾਈਨ 'ਚ ਰਹੂਗਾ ਹੁਣ ਆਪਾਂ ਨੂੰ ਆ ਕਿ ਆਪਾਂ ਪੈਸੇ ਕਮਾਉਣੇ ਮੈਂ ਤਾਂ ਸਾਬੀ ਨੇ ਕਿ ਘਰ ਬਣਾਉਣਾ ਉਹਨੇ ਵਿਆਹ ਕਰਾਉਣਾ ਮੈਂ ਵੀ ਵਿਆਹ ਕਰਾਉਣਾ ਚਲੋ ਵਧੀਆ ਹਨਾ ਲਾਈਫ ਆਪਣੀ ਹੋਣੀ ਚਾਹੀਦੀ ਹੈ ਉਹਨੂੰ ਉਹਦੇ ਕਰਕੇ ਸਮਝ ਨਹੀਂ ਲੱਗਦੀ ਕਿ ਇੱਥੇ ਕੋਈ ਕੰਮ ਖੋਲ ਲਈਏ ਇੱਥੇ ਬੜੇ ਬਿਜ਼ਨਸ ਸੋਚੇ ਸੀ ਆਪਾਂ ਛੋਟੇ ਮੋਟੇ ਕਿ ਚੱਲ 5-6 ਲੱਖ ਰੁਪਏ ਜਿਹੜੇ ਖੁੱਲ ਜਾਣ ਉਹ ਖੋਲ ਰੋਜ਼ ਨਵਾਂ ਸੋਚ ਕੇ ਉੱਥੇ ਖਤਮ ਕਰ ਰੋਜ਼ ਨਵਾਂ ਸੋਚ ਕੇ ਖਤਮ ਕਰ ਐਂਡ ਜੇ ਆਪਾਂ ਵੀ ਕਰ ਲੈਂਦਾ ਕਿ ਅੱਛਾ ਇਹਦਾ ਆਹ ਖਰਾਬ ਹੋ ਜਾਣਾ ਰਹਿੰਦੇ ਕਈ ਵਾਰ ਸੋਚੀਦਾ ਬਾਹਰ ਦਾ ਹਨਾ ਵੀ ਹੁਣ ਚਲੋ ਆਪਣੇ ਫਾਈਨਲ ਹੋਇਆ ਥੋੜ੍ਹਾ ਬਹੁਤਾ 50-50% ਇਹਨਾਂ ਨੇ ਦੁਕਾਨ ਵੀ ਪਾਈ ਹੋਈ ਬੰਦ ਕਰ ਪਰ ਜਿੱਦਾਂ ਜੋ ਅਸੀਂ ਸੋਚੀਦਾ ਸੀ ਨਾ ਕਿ ਆਪਾਂ ਕੰਮ ਖੋਲ ਲਈਏ ਤੇ ਫਿਰ ਚੱਲੂਗਾ ਇਹਨੇ ਖੋਲ ਕੇ ਬੰਦ ਕਰਕੇ ਦੇਖੇ ਆ ਅਸੀਂ ਗੱਲਾਂ ਗੱਲਾਂ ਜੀ ਮੈਂ ਸਾਬੀ ਖੋਲ ਕੇ ਬੰਦ ਕਰ ਲੈਂਦੇ ਸੀਗੇ ਇਹਨੇ ਇੱਕ ਵਾਰੀ ਪ੍ਰੈਕਟੀਕਲੀ ਕਰਕੇ ਬੰਦ ਕਰਕੇ ਦੇਖ ਲਿਆ ਮਤਲਬ ਬਹੁਤ ਕੁਛ ਹੋਇਆ ਹਨਾ ਪਿਛਲੇ ਮਤਲਬ 6-7 ਮਹੀਨਿਆਂ ਦੇ ਵਿੱਚ ਜਦੋਂ ਦਾ ਆਪਾਂ ਮਿਲੇ ਨਹੀਂ ਨਾ ਕਿ ਸਾਡੀ ਲੜਾਈ ਲੜੂਈ ਤਾਂ ਕੋਈ ਵੀ ਨਹੀਂ ਹੋਈ ਸੀ ਬਸ ਨੋਰਮਲੀ ਆਪਾਂ ਆਏ ਹਾਂ ਹਨਾ ਉਸ ਤੋਂ ਬਾਅਦ ਟਾਈਮ ਜਿਹਾ ਨਹੀਂ ਲੱਗਾ ਹਨਾ ਕਿ ਵਿੱਚ ਜੇ ਬਿਮਾਰ ਹੋ ਗਏ ਸਿਹਤ ਖਰਾਬ ਹੋ ਗਈ ਜਾਂ ਮਾਹੌਲ ਚੱਲ ਵਿੱਚ ਜਾਂ ਨਹੀਂ ਸੈੱਟ ਜਿਹਾ ਰਿਹਾ ਹਨਾ ਕਿ ਟਾਈਮ ਜਿਹਾ ਨਹੀਂ ਲੱਗਾ ਜਦੋਂ ਦਾ ਮੈਂ ਪੋਡਕਾਸਟ ਕੀਤਾ ਨਾ ਉਦੋਂ ਦਾ ਆਪਾਂ ਕਰਨ ਡੇ ਹਾਂ ਕਿ ਮਿਲੀਏ 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 ਗੱਲ ਸਾਡੀ ਰੋਜ਼ ਹੁੰਦੀ ਸੀ ਫੋਨ 'ਤੇ ਬਸ ਮਿਲਣੀ ਨਹੀਂ ਆਉਣ ਡਿਆ ਉਹੀ ਇੱਕ ਮੇਰੇ ਤੋਂ ਗੱਡੀ ਵੀ ਹੈ ਨਹੀਂ ਸੀਗੀ ਆਪਾਂ ਜਾ ਵੀ ਨਹੀਂ ਸਕਦੇ ਇਹਦੇ ਕੋਲ ਵੀ ਨਹੀਂ ਆਇਆ ਜਾਣ ਡਿਆ ਉੱਤੇ ਇਹ ਵੀ ਸਾਈਨ ਹੋ ਗਿਆ ਕਿਸੇ ਦੇ ਨਾਲ ਹਨਾ ਕਿਸੇ ਕੰਪਨੀ ਦੇ ਨਾਲ ਤਾਂ ਉਹਨਾਂ ਨੇ ਵੀ ਇਹਦੇ ਗਾਣੇ ਗੁਣੇ ਕਰਾਏ ਤੇ ਵੀ ਥੋੜ੍ਹਾ ਬਿਜ਼ੀ ਹੋ ਗਿਆ ਸੀ ਬਾਕੀ ਉਹ ਤੁਹਾਡੇ 'ਚ ਕੋਈ ਲੜਾਈ ਨਹੀਂ ਆਪਾਂ ਹੁਣ ਇਕੱਠੇ ਹਾਂ ਹੁਣ ਫਿਰ ਵਲੌਗ ਵਲੂਗ ਬਣਾਵਾਂਗੇ ਜਿੰਨਾ ਚਿਰ ਹੁਣ ਇੱਥੇ ਆ ਕਿਉਂਕਿ ਹੁਣ ਥੋੜ੍ਹਾ ਕਲੀਅਰ ਆ ਕਿ ਆਪਾਂ ਬਾਹਰ ਹੀ ਜਾਣਾ ਇੱਥੇ ਨਹੀਂ ਕੁਛ ਵੀ ਕਰਨਾ ਸੋ ਜਾਵਾਂਗੇ ਛੇਤੀ ਟਾਈਮ ਨਾਲ ਅਤੇ ਪਹਿਲਾਂ ਘਰਦਿਆਂ ਨੂੰ ਭੇਜਾਂਗੇ ਹਨਾ ਉਦੋਂ ਤੱਕ ਵਲੌਗ ਵਲੂਗ ਬਣਾਵਾਂਗੇ ਤੁਹਾਡਾ ਦਿਲ ਲਾਵਾਂਗੇ ਜਿੱਦਾਂ ਲਾਉਂਦੇ ਹੁੰਦੇ ਸੀਗੇ ਬਾਕੀ ਆ ਵੀਰ ਆਪਣਾ ਵਧੀਆ ਬੰਦਾ ਵਾ ਠੀਕ ਆ ਬੜਾ ਸੋਹਣਾ ਵਾ ਦੇਖੋ ਭਾਵੇਂ ਧੋਣ ਨਹੀਂ ਹੈਗੀ ਇਹਦੀ ਪਰ ਨੈਕਲੈਸ ਨੈਕਲੈਸ ਦੇਖੋ ਨੈਕਲੈਸ ਗੱਭਰੂ ਕੁੱਤੇ ਦੇ ਗਲੇ 'ਚ ਪਹਿਚਾਣ ਪਾਈ ਹੁੰਦੀ ਯਾਰ ਤੇਰੇ ਵਿਆਹ ਦੇ ਵਾਰ ਮਾਲਾ ਕਿੱਦਾਂ ਕਿੱਥੇ ਪਾਉਣੀ ਆ ਮੋਢੇ ਤੇ ਮੋਢਿਆਂ ਤੇ ਰੱਖ ਦੇਣੀ ਇੱਥੇ ਸਾਈਡ ਤੇ ਰਖਾ ਲਈ ਹਨਾ ਕਿਉਂਕਿ ਆਹ ਵੇਖ ਨਾ ਵੀਡੀਓ ਨਹੀਂ ਹੈਗੀ ਕਿ ਜਿਹੜਾ ਉੱਚਾ ਜਾ ਕਰਕੇ ਪਾਉਣਾ ਪੈਂਦਾ ਤੈਨੂੰ ਹੋਣਾ ਹੀ ਨਹੀਂ ਤੈਨੂੰ ਉੱਚਾ ਕਰਕੇ ਵੀ ਨਹੀਂ ਉੱਚਾ ਹੋਣਾ ਤੇਰਾ ਥੱਲੇ ਨੂੰ ਪਾਉਣੀ ਪੈਂਦੀ ਇਹਨੂੰ ਉੱਚਾ ਕਰਨਾ ਤਾਂ ਵੀ ਨਹੀਂ ਉੱਚਾ ਹੋਣਾ ਤੇਰੀ ਮਤਲਬ ਧੋਣ ਲੈਸ ਕਿਉਂ ਆ ਤੂੰ ਇਹਦਾ ਨੈਕਲੈਸ ਕਿਉਂ ਆ ਤਾਂ ਚੱਕੀ ਮਾੜੇ ਜੇ ਤੂੰ ਫਾਂਸੀ ਲੈ ਥੋੜਾ ਚਿਰ ਕਿਹੜਾ ਕੁੱਤਾ ਹੁੰਦਾ ਉਹ ਪਿਟਬਲ ਰੰਗ ਵੀ ਸੋਹਣਾ ਕਮਜ਼ੋਰੀ ਆ ਇਹਦੇ ਚ ਇੱਥੇ ਏਦਾਂ ਮਾਰੋ ਨਾ ਹੱਥ ਵੀ ਲਾ ਦੋ ਮਤਲਬ
ਨਹੀਂ ਕਰਦੇ ਆ ਜਾ ਕਿੱਥੋਂ ਤੂੰ ਮਾਮਾ ਕੀ ਰਾਜਾ ਵੀ ਬੜਾ ਵਿਸਾਖੀ ਦੇ ਮੇਲੇ ਤੇ ਵੀ ਜਾਣਾ ਵਾ, ਠੀਕ ਆ, ਵਿਸਾਖੀ ਮਨਾਉਣ, ਵਿਸਾਖੀ ਨਹਾਉਣ ਸੱਚ ਜਾਣਾ ਆਪਾਂ ਕੀਰਤਪੁਰ ਸਾਹਿਬ ਹਨਾ, ਇਸ਼ਨਾਨ ਕਰਕੇ ਆਵਾਂਗੇ, ਉਦੋਂ ਵੀ ਦਰਸ਼ਨ ਕਰਕੇ ਆਵਾਂਗੇ ਕੇਸਗੜ੍ਹ ਸਾਹਿਬ ਦੇ, ਜਾਣਾ ਤੂੰ ਨਾਲ ਮੋਟਰ ਦਾ ਫੋਨ ਆ ਰਿਹਾ ਵਾ, ਆ ਗਿਆ ਵਾ ਮਿਲਟਰੀ ਡਿਪਰੈਸ਼ਨ ਦੀਆਂ ਗੋਲੀਆਂ ਲੱਗ ਗਈਆਂ, ਇਹ ਸ਼ੀਸ਼ੀਆਂ ਦਿੱਤੀਆਂ ਡਾਕਟਰ ਨੇ, ਮੈਨੂੰ ਦੇਖ ਲਾ ਕਿੰਨੀਆਂ ਸ਼ੀਸ਼ੀਆਂ ਭਰਾਵਾ, ਚਾਰ ਪੰਜ ਸ਼ੀਸ਼ੀਆਂ, ਪਰ ਇਹ ਇਕੱਲੀ ਉਹਦੀ ਨਹੀਂ ਨਾ ਹੈਗੀ, ਵਿੱਚ ਲੀਵਰ ਦੀ ਵੀ ਆ, ਸਾਰੀਆਂ ਦਵਾਈਆਂ ਇਕੱਠੀਆਂ ਵਾ, ਏਦਾਂ ਥੋੜਾ ਖਾ ਸਕਦਾ ਮੈਂ, ਕਿੰਨੇ ਵਜੇ ਦਵਾਈ ਖਾਧੀ ਯਾਰ, ਇੱਕ ਵਜੇ ਖਾਧੀ, ਟਾਈਮ ਕਿੰਨਾ ਹੋ ਗਿਆ, ਖਾਣਾ ਪੰਜ ਘੰਟੇ ਹੋ ਗਏ ਹਨਾ, ਖਾ ਲਾ ਨਾ ਇੱਕ ਵਾਰੀ ਫਿਰ ਸਵੇਰੇ, ਪਰ ਹੁਣੇ ਹਜੇ ਮੈਂ ਖਾਧੀ ਯਾਰ, ਟੁੱਟੀ ਕੁਲਚੇ ਤਾਂ ਹੁਣੇ ਖਾਧੇ ਖਾਂਦੇ ਹਾਂ, ਡਿਪਰੈਸ਼ਨ ਯਾਰ ਮੇਰਾ ਨਾ, ਮੈਡੀਕਲ ਰਿਪੋਰਟਾਂ ਕਰਾਈਆਂ, ਵੇਖ ਲਾ ਸਾਰੀਆਂ ਰਿਪੋਰਟਾਂ ਹੀ ਪਈਆਂ ਉੱਥੇ, ਸਾਰੇ ਟੈਸਟ ਵੀ ਪਏ ਆ, ਆਈ ਸੀ ਆਰ, ਐਮ ਸੀ ਆਰ, ਪੀ ਸੀ ਆਰ, ਪਿੱਛੇ ਅਸਲਾ ਬੜਾ ਰੱਖਿਆ, ਕੀ ਗੱਲ, ਅਸਲਾ ਵੀ ਕਿੰਨਾ ਰੱਖਿਆ, ਲੱਡੂ ਵੀ ਪਏ ਉੱਤੇ, ਕਿਤਾਬਾਂ ਪੜੀਆਂ, ਮੈਂ ਇਮੇਜਿਨ ਕਰ, ਤਿੱਖਾ ਵਾਲਾ ਪਾਸਾ ਤੇਰੀ ਵੱਖੀ ਚ ਮਾਰ ਦਵਾਂ ਮੈਂ, ਪਿੱਛੇ ਵਾਲਾ ਫੇਰ ਨਹੀਂ, ਫੇਰ ਹੱਸ, ਤੈਨੂੰ ਦਰਦ ਹੋਣੀ ਫੇਰ ਤੇ, ਓਏ ਸਾਬੀ ਇਧਰ ਐਸ ਪੀ, ਮੈਂ ਕਸਾਵਾਂ ਇਦਾਂ ਕਰ, ਤੇਰੇ ਘੜੀਸਾ ਇਹਨੂੰ ਸਾਈਡ ਤੇ, ਤੇ ਟੀ ਸ਼ਰਟ ਚੋਕੇ ਘੜੀਸਾ ਇਹਨੂੰ ਤੇ, ਤੋੜ ਕੇ ਸਾਹ ਲਿਆ ਇਹਨੇ, ਚੌਲ ਜਿਹੜੇ ਟੁੱਟਾ ਹੀ ਪਿਆ, ਟੁੱਟ ਕਿੱਦਾਂ ਟੁੱਟਾ, ਤੋੜਿਆ ਵਾ ਯਾਰ, ਹੁਣ ਕਿਸੇ ਨੇ ਤੋੜਿਆ ਵਾ ਜਾਂ ਕਿਸੇ ਨੇ ਤਾਂ ਮਾਰਿਆ, ਜਾਂ ਸੁੱਟਤਾ ਵਾ ਕਿਸੇ ਨੇ ਥੱਲੇ, ਆ ਵੇਖ ਨਾ ਜਿੱਦਾਂ ਇੱਥੋਂ ਲੱਕੜ ਟੁੱਟ ਗਈ, ਹੁਣ ਦੁਬਾਰਾ ਪਤਲਾ ਕਰਾ ਕੇ ਫਿਰ ਵਿੱਚ ਫਸਾਉਣਾ ਪੈਣਾ, ਟੁੱਟੀ ਗਿਆ ਵਾ, ਨਹੀਂ ਟੁੱਟਾ ਹੀ ਗਿਆ ਵਾ, ਦੁਬਾਰਾ ਉਹਦੇ 'ਚ ਛੇਕ ਕਰਨਾ, ਇੱਧੇ ਰੱਖ, ਕਰਾ ਕੇ ਲਿਆਵਾਂਗੇ ਇਹਦੇ ਵਿੱਚ, ਗੁਰੂ ਘਰ ਜਾਣ ਲੱਗੇ ਤੁਹਾਨੂੰ ਮੌਤ ਪੈ ਜਾਂਦੀ, ਇਹੀ ਮੈਂ ਤੁਹਾਨੂੰ ਕਹਿ ਦਾ, ਕਸੌਲ ਦੇ ਵਿੱਚ ਪੱਖਾ ਠੀਕ ਕਰਨ ਆ ਗਏ ਆ ਇਲੈਕਟ੍ਰੀਸ਼ਨ ਵੱਡੇ, ਛੋਟੇ ਇਲੈਕਟ੍ਰੀਸ਼ਨਾਂ ਕੋਲੋਂ ਨਹੀਂ ਹੋਇਆ, ਫਿਰ ਵੱਡੇ ਕੋ ਸਾਹਿਬ ਹੁਣ ਆਪ ਹੋਏ ਨੇ, ਵੇਖਿਓ ਮੈਂ ਚਲਾ ਕੇ ਦਿਖਾਉਂਦਾ, ਤੁਹਾਡੇ ਕੋਲ ਨੀ ਨਾ ਚੱਲਿਆ ਪੱਖਾ, ਹੁਣ ਮੈਂ ਤੁਹਾਨੂੰ ਚਲਾ ਕੇ ਦਿਖਾਉਂਦਾ, ਕੁਛ ਨੀ ਤੁਹਾਨੂੰ ਨੀ ਗਿਆ, ਗੱਡੀ ਤੇ ਲੈ ਕੇ ਜਾਣਾ ਆਪਾਂ, ਪਹਿਲਾਂ ਵੇਖਣ ਚੱਲੇ, ਉਹ ਬਸ ਕਰੋ ਕਿਤੇ, ਮੈਂ ਨੀ ਬਸ ਕਰੋ ਪਵਾ ਲਿਆ ਕਿਤੇ ਕਾਰੀ ਜ਼ਿੰਦਗੀ ਤੇਲ, ਤਾਂ ਹੁਣ ਮੈਂ ਮੈਨੂੰ ਸੁਣਾਤਾ, ਆ ਵੇਖਿਆ ਨਾ ਹੁਣ ਜਦੋਂ ਆਪ ਤੇਲ ਪਵਾਇਆ ਹੋਵੇ ਤਾਂ ਮੁੱਕ ਜਾਵੇ ਕਿੰਨਾ ਫੀਲ ਹੁੰਦਾ ਹਨਾ, ਹੁੰਦਾ ਵਾ ਨਾ, ਏਦਾਂ ਹੀ ਮੈਂ ਪਿਛਲੇ ਸਾਲ 2-3 ਸਾਲ ਏਦਾਂ ਹੀ ਤੇਲ ਪਵਾਇਆ ਤੇ ਤੁਸੀਂ ਮੁਕਾਇਆ ਉਹਦੇ ਚ, ਏਦਾਂ ਨਾ ਝਾੜੂ ਚੁੱਕੋ ਤੁਸੀਂ, ਠੀਕ ਆ, ਹੁਣ ਮੇਰੇ ਤੋਂ ਪੈਸੇ ਹੈ ਨੀਗੇ, ਆਪਾਂ ਕੋਈ ਨੀ ਅੰਦਰ ਲਾ ਦਿੰਦੇ ਐਕਟਿਵਾ ਚੱਲ ਜਾਵਾਂਗੇ, ਚਲੋ ਬਸ ਵੀ ਕਦੀ ਪੋਜ਼ਿਟਿਵ ਵੀ ਕਰ ਲਈਦਾ ਹੁੰਦਾ ਬੱਚੇ ਨੂੰ, ਪੋਜ਼ਿਟਿਵ ਆਹੋ, ਉਹਦਾ ਇਹਨੂੰ ਮਿਸ ਕਰਨ ਡੇ ਸੀਗੇ, ਲੱਤਾਂ ਘੁੱਟਣ ਲਈ ਬੁਲਾਇਆ ਤੈਨੂੰ ਸਪੈਸ਼ਲ, ਐਵੇਂ ਨੀ ਤੈਨੂੰ ਚਲੋ ਠੀਕ ਆ ਭਰਾਵਾ, ਉਹਦਾ ਡੈਡੀ ਵੀ ਇਹੀ ਕਹਿੰਦਾ ਇਹਨੂੰ ਗੰਦੀ ਲਾਦ, ਅੱਧੀ ਲਾਦ, ਅੱਧੀ ਚੰਗੀ ਆ, ਅੱਧੀ ਲਾਦ ਮੇਰੀ ਜਿਹੜੀ ਗੰਦੀ ਨਿਕਲ ਆਵੇ, ਫਿਰ ਕੀ ਬੰਦਾ ਕਰ ਸਕਦਾ, ਕੀ ਫਿਰ ਮੇਰੇ ਇਹਨੂੰ ਕਿਹਾ ਨਾ,
ਚੁੱਪ ਕਰ ਨਹੀਂ ਕੀ ਮੈਂ ਕਿਹਾ ਮੈਂ ਰਾਜੂ ਵੱਲੋਂ ਗਿਆ ਨਹੀਂ ਤੇ ਫਿਰ ਕੀ ਕੀ ਫਿਰ ਕੀ ਘਰੋਂ ਕੱਢ ਦੋਗੇ ਹੁਣ ਜਵਾਕ ਨੂੰ ਕਾਰਵਾਈ ਕੀਤੀ ਜਾਏਗੀ ਮੈਂ ਕਿਹਾ ਨਹੀਂ ਛੱਡੋ ਵਰੇ ਮਾਫ਼ ਕੀਤਾ ਇਸ ਵਾਰ ਅੱਗੇ ਯਾਰ ਦੇਖ ਲਾਂਗੇ ਹੁਣ ਮੈਂ ਹੋ ਗਿਆ ਵੱਡਾ ਸਿੱਧਾ ਕੇਸ ਕਰਨਾ ਮੈਂ ਕਹਿਣਾ ਮੈਂ ਏਡਾ ਵੱਡਾ ਹੋ ਗਿਆ ਮੇਰੇ ਉੱਤੇ ਹੱਥ ਚੁੱਕਦੇ ਜਾਂ ਮੈਨੂੰ ਹਰਾਇਸ਼ ਕਰਨ ਡੇ ਉਤੋਂ ਮੈਂ ਡਿਪਰੈਸ਼ਨ ਜਾਂ ਮੇਰੇ ਡਾਕਟਰ ਨਾਲ ਗੱਲ ਕਰੋ ਜੱਜ ਨੂੰ ਮੈਂ ਜਿੱਦਣ ਧਰਨਾ ਲਾ ਹੀ ਲਿਆ ਨਾ ਤੇ ਬਿਜਲੀ ਮਹਿਕਮੇ ਦੇ ਬਾਹਰ ਲਾਉਣਾ ਠੀਕ ਹੈ ਐਸ ਡੀ ਆਫਿਸ ਦੇ ਬਾਹਰ ਲਾਉਣਾ ਕਰੋ ਗੱਲ ਆਜੋ ਬੀਬੀ ਆਜੋ 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 ਮਤਲਬ ਨੀ ਆਉਂਦੇ ਮੇਰੇ ਤੋਂ ਸਾਰੇ ਯਾਰ ਭੱਜ ਗਿਆ ਸ਼ਿਕਾਰੀ ਇੱਕ ਹੋਰ ਖੁੱਲਾ ਛੱਡਿਆ ਵਾ ਉਹ ਭੱਜ ਗਿਆ ਭੱਜ ਗਿਆ ਸਮਾਨ ਨਾ ਮਿੱਧੀ ਜਾਓ ਨੁੱਕਰ ਚ ਪਾਲਾ ਘੇਰਾ ਐਸ ਪੀ ਪਰੇ ਹੋ ਗੰਦਾ ਜਿਹਾ ਯਾਰ ਮੁੜਦੇ ਨੂੰ ਐ ਕਰਕੇ ਨਹੀਂ ਨਹੀਂ ਡਿੱਗ ਜਾਣਾ ਇੱਥੇ ਭੱਜ ਜਾਣਾ ਇੱਥੇ ਦੰਦੀ ਵੜਤੀ ਅੱਗੇ ਬਿਜੜ ਨੇ ਇਹਨੇ ਦੇ ਹੱਥ ਲਾਇਆ ਦੰਦੀ ਵੱਢਤੀ ਦੇ ਐਵੇਂ ਪਤਾ ਨਹੀਂ ਕੀ ਗੰਦਾ ਜਿਹਾ ਹਾਂਜੀ ਤੇ ਬਾਬੇ ਉਹ ਵਲੌਗ ਦੀ ਕਰਦੇ ਹਾਂ ਫਿਰ ਆਪਾਂ ਇੱਥੇ ਐਂਡਿੰਗ ਵਲੌਗ ਤੁਹਾਨੂੰ ਵਧੀਆ ਲੱਗਾ ਤੇ ਚੈਨਲ ਨੂੰ ਕਰ ਲਿਓ ਲਾਈਕ ਕਮੈਂਟ ਸਬਸਕ੍ਰਾਈਬ ਤੇ ਕਮੈਂਟ ਕਰਕੇ ਦੱਸ ਦਿਓ ਵਲੌਗ ਕਿਵੇਂ ਦਾ ਲੱਗਾ ਬਾਕੀ ਮਿਲਦੇ ਹਾਂ ਨਵੇਂ ਵਲੌਗ 'ਚ ਬਾਏ ਬਾਏ ਟੇਕ ਕੇਅਰ